ਆਦੇ ਹੀ ਦਿਲ ਦਾ ਟੁਕੜਾ ਹੈ। ਹਾਂ ਛੱਡਣਾ ਚਾਹੀਦਾ ਹਨਾ, ਆਪਣੇ ਘਰ ਨੂੰ ਆਜੋ ਆਜੋ। ਆਪਣਾ ਖੂਨ ਆਪਣਾ ਹੀ ਹੁੰਦਾ। ਭਾਨੇ ਸਿੱਧੂ ਦੀ ਬੁੱਢੀ ਬੇਬੇ ਉਸਨੂੰ ਬਹੁਤ ਯਾਦ ਕਰਦੀ ਹੈ ਅਤੇ ਉਹ ਕਹਿੰਦੀ ਹੈ ਕਦੋਂ ਆਊਗਾ ਮੇਰੇ ਦਿਲ ਦਾ ਟੁਕੜਾ, ਕਿਉਂਕਿ ਤੁਹਾਨੂੰ ਵੀ ਪਤਾ ਹੈ ਅੱਜ 10 ਤਰੀਕ ਹੈ ਅਤੇ ਸਰਕਾਰ ਨੇ ਇਹੋ ਵਾਅਦਾ ਕੀਤਾ ਸੀ ਕਿ 10 ਤਰੀਕ ਨੂੰ ਭਾਨੇ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਵੇਗਾ ਅਤੇ ਭਾਨੇ ਸਿੱਧੂ ਦੀ 80 ਸਾਲਾਂ ਬਜ਼ੁਰਗ ਦਾਦੀ ਭਾਨੇ ਸਿੱਧੂ ਨੂੰ ਬੜੀ ਬੇਸਬਰੀ ਦੇ ਨਾਲ ਉਡੀਕ ਰਹੀ ਹੈ ਕਿ ਕਦੋਂ ਮੇਰਾ ਪੋਤਾ ਆਊਗਾ ਅਤੇ ਮੈਂ ਉਸਨੂੰ ਗਲਵੱਖੜੀ ਪਾਊਂਗੀ। ਕਾਫੀ ਜ਼ਿਆਦਾ ਭਾਵੁਕ ਕਰ ਦੇਣ ਵਾਲੀ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ। ਭਾਨੇ ਸਿੱਧੂ ਦੀ ਦਾਦੀ ਮਾਂ ਉਸਨੂੰ ਬੜੀ ਬੇਸਬਰੀ ਦੇ ਨਾਲ ਉਡੀਕ ਰਹੀ ਹੈ। ਦੋਸਤੋ, ਸਰਕਾਰ ਨੇ ਵਾਅਦਾ ਕੀਤਾ ਸੀ ਕਿ 10 ਤਰੀਕ ਨੂੰ ਭਾਨੇ ਸਿੱਧੂ ਨੂੰ ਛੱਡ ਦਿੱਤਾ ਜਾਵੇਗਾ ਅਤੇ ਪੰਜਾਬ ਕਿਸਾਨ ਜਥੇਬੰਦੀਆਂ ਵੀ ਇਹੀ ਉਡੀਕ ਕਰ ਰਹੀਆਂ ਨੇ ਕਿ ਅੱਜ 12 ਵਜੇ ਤੋਂ ਪਹਿਲਾਂ ਸਰਕਾਰ ਆਪਣਾ ਵਾਅਦਾ ਪੂਰਾ ਕਰਦੀ ਹੈ ਜਾਂ ਨਹੀਂ ਕਰਦੀ। ਪਿੰਡ ਕੋਟ ਦੁਨੇ ਭਾਨੇ ਸਿੱਧੂ ਦੇ ਘਰ ਦੇ ਵਿੱਚ ਸਬਜ਼ੀਆਂ ਕੱਟੀਆਂ ਜਾ ਰਹੀਆਂ ਸਨ। ਵਿਆਹ ਵਾਲਾ ਮਾਹੌਲ ਬਣਿਆ ਪਿਆ ਸੀ ਕਿ ਭਾਨਾ ਸਿੱਧੂ ਆਊਗਾ ਅਤੇ ਉਸਦੀ ਦਾਦੀ ਮਾਂ ਵੀ ਬਹੁਤ ਜ਼ਿਆਦਾ ਖੁਸ਼ ਹੈ। ਤੁਸੀਂ ਵੀਡੀਓ ਤਾਂ ਦੇਖ ਹੀ ਲਈ ਹੋਊਗੀ, ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਜ਼ਰੂਰ ਕਰਿਓ।